ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਚਾਹਲ ਅਤੇ ਅੱਜ ਗੱਲ ਕਰਾਂਗੇ ਇੱਕ ਐਸੇ ਇਨਸਾਨ ਦੀ। ਅਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੰਗ ਆਉਂਦੇ ਨੇ ਅਤੇ ਬਹੁਤ ਸਾਰੇ ਰੰਗ ਚਲੇ ਜਾਂਦੇ ਨੇ। ਅਤੇ ਨੌਜਵਾਨ ਹੈ, ਉਮਰ 23 ਸਾਲ ਦੀ ਉਮਰ ਹੈ ਅਤੇ ਇਸ ਉਮਰ ਦੇ ਵਿੱਚ ਪਹੁੰਚਦਿਆਂ ਜ਼ਿੰਦਗੀ ਨੇ ਇੱਕ ਵਾਰੀ ਜਿਹੜਾ ਲੀਹ ਤੋਂ ਉਤਰੀ ਜ਼ਿੰਦਗੀ ਪਰ ਦੁਬਾਰਾ ਫਿਰ ਸੰਭਲਿਆ। ਸੋ ਜ਼ਿਆਦਾ ਗੱਲਬਾਤ ਕਰਨ ਦੇ ਲਈ ਅੱਜ ਜਿਹੜੀ ਹੈ ਇਹ ਵੀਡੀਓ ਮੈਂ ਤੁਹਾਨੂੰ ਵੀ ਦਰਸ਼ਕਾਂ ਨੂੰ ਵੀ ਇਹੀ ਕਹੂੰਗਾ ਕਿ ਇਹਨੂੰ ਅੱਜ ਆਪਾਂ ਜ਼ਰਾ ਵੀ ਸਕਿਪ ਨਾ ਕਰੀਏ। ਇੱਕ ਐਸੀ ਮੋਟੀਵੇਸ਼ਨ ਇੱਕ ਵੀਡੀਓ ਹੋਣ ਵਾਲੀ ਅੱਜ ਦੀ ਅਤੇ ਤੁਹਾਨੂੰ ਇਹਦੇ ਵਿੱਚੋਂ ਬਹੁਤ ਕੁਛ ਜਿਹੜਾ ਸਮਝਣ ਨੂੰ ਦੇਖਣ ਨੂੰ ਮਿਲੇਗਾ। ਸੋ ਮੈਂ ਅੱਜ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹੈ ਕਮਲਪ੍ਰੀਤ ਸਿੰਘ। ਕੀ ਨਾਮ ਆ ਤੁਹਾਡਾ? ਕਮਲਪ੍ਰੀਤ ਸਿੰਘ। ਗੁਰਕਮਲ ਸਿੰਘ। ਗੁਰਕਮਲ ਸਿੰਘ, ਅਤੇ ਕਿਹੜੀ ਜਗ੍ਹਾ ਤੋਂ ਆ? ਹਰਪਾਲਪੁਰ ਤੋਂ ਜੀ। ਹਰਪਾਲਪੁਰ ਜ਼ਿਲ੍ਹਾ ਪਟਿਆਲਾ? ਜ਼ਿਲ੍ਹਾ ਪਟਿਆਲਾ। ਜ਼ਿਲ੍ਹਾ ਪਟਿਆਲਾ। ਸੋ ਇਸ ਨੌਜਵਾਨ ਦੀ ਜਿਹੜੀ ਕਹਾਣੀ ਆ ਉਹ ਮੈਂ ਤੁਹਾਨੂੰ ਦੱਸਦਾ। ਅਤੇ ਚੰਗਾ ਭਲਾ ਹੱਸਦਾ ਵੱਸਦਾ ਪਰਿਵਾਰ ਅਤੇ ਮਾਂ ਬਾਪ ਦਾ ਇਕਲੌਤਾ ਪੁੱਤ, ਜ਼ਿੰਦਗੀ ਰੂਟੀਨ ਦੇ ਵਿੱਚ ਚੰਗੀ ਵਧੀਆ ਚੱਲ ਰਹੀ ਸੀ ਪਰ ਅਚਾਨਕ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਉਂਦਾ। 16-17 ਸਾਲ ਦੀ ਉਮਰ ਅਤੇ ਉਸ ਉਮਰ ਦੇ ਵਿੱਚ ਇੱਕ ਐਕਸੀਡੈਂਟ ਦੇ ਨਾਲ ਬਾਈ ਜੀ ਉਹਨਾਂ ਦੀ ਅੱਖਾਂ ਦੀ ਨਿਗਾਹ ਚੱਲ ਜਾਂਦੀ ਹੈ। ਬਾਕੀ ਸਾਰੀ ਗੱਲਬਾਤ ਅੱਜ ਇਹਨਾਂ ਤੋਂ ਪੁੱਛਾਂਗੇ। ਅਤੇ ਕੀ ਹੋਇਆ ਸੀ ਉਸ ਦਿਨ ਜਦੋਂ ਇਹ ਸਾਰਾ ਕੁਛ ਭਾਣਾ ਵਾਪਰਿਆ ਸੀ ਤੁਹਾਡੇ ਨਾਲ? ਸਰ, ਮੈਂ ਤਾਂ ਡੈਡੀ ਦੇ ਕੰਮ, ਡੈਡੀ ਨੇ ਬੁਲਾਇਆ ਸੀਗਾ ਜੀ, ਕੰਮ 'ਤੇ ਚੱਲਿਆ ਸੀਗਾ ਜੀ, ਟਰੈਕਟਰ ਕੰਮ 'ਤੇ ਲਾਇਆ ਹੋਇਆ ਸੀ। ਅਤੇ ਰਾਤ ਜਾਂਦੇ ਹੋਏ ਮੋਟਰਸਾਈਕਲ 'ਤੇ ਬਾਈਕ 'ਤੇ ਜਾ ਰਿਹਾ ਸੀਗਾ ਆਪਣੀ 'ਚ, ਅਤੇ ਅਚਾਨਕ ਹੀ ਸਾਹਮਣੇ ਮੋਟਰਸਾਈਕਲ ਆਉਣ ਕਾਰਨ ਮੇਰਾ ਉਹਦੇ ਨਾਲ ਟੱਕਰ ਹੋ ਗਈ ਜੀ। ਸੋ ਅਚਾਨਕ ਟੱਕਰ ਹੋਈ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਤੁਹਾਡਾ ਇਹ ਐਕਸੀਡੈਂਟ ਤੋਂ ਬਾਅਦ ਫਿਰ ਜਿਹੜਾ ਨਾ ਕਿ ਤੁਹਾਡਾ ਸਰੀਰਕ ਤੌਰ 'ਤੇ ਕੀ ਨੁਕਸਾਨ ਹੋਇਆ ਥੋੜ੍ਹਾ ਜਿਹਾ ਦੱਸੋ ਦਰਸ਼ਕਾਂ ਨੂੰ। ਉਸ ਐਕਸੀਡੈਂਟ 'ਚ ਮੇਰੇ ਮੱਥੇ ਦੀ ਹੱਡੀ ਟੁੱਟ ਗਈ ਸੀਗੀ ਜੀ, ਅਤੇ ਮੈਂ ਤਾਂ ਨਾਲ ਦੀ ਨਾਲ ਬੇਹੋਸ਼ ਹੋ ਗਿਆ ਸੀਗਾ ਜੀ। ਅਤੇ ਜਿਵੇਂ ਘਰਦਿਆਂ ਨੂੰ ਪਤਾ ਲੱਗਿਆ ਜੀ, ਉਹ ਆਏ ਅਤੇ ਉਹਨਾਂ ਨੇ ਮਤਲਬ ਪੀ ਜੀ 'ਚ ਜਾ ਕੇ ਮੈਨੂੰ ਦਾਖਲ ਕਰਾਇਆ ਜੀ, ਭਰਤੀ ਕਰਾਇਆ। ਅਤੇ ਮਤਲਬ ਪੀ ਜੀ 'ਚ ਮੇਰਾ, ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਜਿਵੇਂ 6-7 ਦਿਨ ਤਾਂ ਮੈਂ ਬੋਲਿਆ ਨਹੀਂ, ਕਹਿੰਦੇ ਕੌਮਾ ਚਲੇ ਗਏ 'ਚ। ਅਤੇ ਉਹ ਤੋਂ 3-3.5 ਮਹੀਨੇ ਬਾਅਦ ਦਿਮਾਗ ਸੈੱਟ ਆਇਆ ਜੀ, ਕਿ ਪਿਛਲੀ ਲਾਈਫ 'ਚ ਚਲੇ ਗਏ ਸੀਗੇ, ਪੁਰਾਣੀ ਲਾਈਫ 'ਚ ਆਪਣੀ 'ਚ, ਅਤੇ ਦਿਮਾਗ ਉੱਥੇ ਚਲਿਆ ਗਿਆ ਸੀ ਅਤੇ ਕੁਛ ਵੀ ਯਾਦ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ ਜੀ। ਅਤੇ 3-3.5 ਮਹੀਨੇ ਗਏ ਬਾਅਦ ਰਿਕਵਰੀ ਹੋਈ ਹੈ ਜੀ ਮੇਰੀ। ਅਤੇ ਜਿੱਦਾਂ ਜਦੋਂ ਰਿਕਵਰੀ ਹੁੰਦੀ ਹੈ ਤਾਂ ਨਿਗਾਹ ਦਾ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਮੇਰੀ ਨਿਗਾਹ ਨਹੀਂ ਹੈ ਜਾਂ ਨਿਗਾਹ ਘੱਟ ਗਈ ਹੈ ਜਾਂ ਚਲੀ ਗਈ ਹੈ? ਨਿਗਾਹ ਦਾ ਜੀ ਜੇ ਸ਼ੁਰੂ ਤੋਂ ਹੀ ਜਦੋਂ ਰਿਕਵਰੀ ਹੋਈ ਹੈ ਨਾਲ ਦੀ ਨਾਲ ਤੋਂ ਦੇਖਿਆ ਤਾਂ ਹਨੇਰਾ ਦਿਖਣ ਲੱਗ ਗਿਆ ਜੀ, ਤਾਂ ਉਵੇਂ ਜਿਵੇਂ ਘਰਦਿਆਂ ਨੂੰ ਦੱਸਿਆ ਜੀ ਮੇਰੀ ਨਿਗਾਹ ਨਹੀਂ ਰਹੀ ਹੈਗੀ। ਫਿਰ ਉਵੇਂ ਉੱਥੇ ਪੀ ਜੀ 'ਚ ਗਿਆ, ਫਿਰ ਉਹਨਾਂ ਨੇ ਦੱਸਿਆ ਵੀ ਨਸ਼ਾ ਬਲੋਕ ਟਾਈਪ ਕੁਛ ਹੈ, ਇਹੋ ਜਿਹਾ ਹੋਇਆ ਜੀ। ਅਤੇ ਫਿਰ ਡਾਕਟਰਾਂ ਨੇ ਕੀ ਦੱਸਿਆ ਤੁਹਾਨੂੰ ਇਹਦੇ ਬਾਰੇ? ਡਾਕਟਰ ਤਾਂ ਆਪਣੇ ਆਪ ਕਹਿ ਦਿੰਦੇ ਵੀ ਆਪਣੇ ਆਪ ਆ ਸਕਦੀ ਹੈ ਜੀ, ਵੀ ਨਸ਼ਾ ਖੁੱਲ੍ਹਣਗੀਆਂ ਤਾਂ ਨਿਗਾਹ ਆਜੂਗੀ, ਨਹੀਂ ਤਾਂ ਕੈਂਸਲ ਹੈ ਜੀ। ਅਤੇ ਜਦੋਂ ਤੁਹਾਡਾ ਇਸ ਸਿਰ ਦੀ ਜਿੱਦਾਂ ਤੁਸੀਂ ਮੱਥੇ ਦੀ ਹੱਡੀ ਟੁੱਟ ਗਈ ਸੀ ਅਤੇ ਹੋਇਆ ਤੁਹਾਡਾ? ਅਤੇ ਸਿਰ ਦਾ ਓਪਰੇਸ਼ਨ ਹੋਇਆ ਜੀ, ਉਹਨਾਂ ਨੇ ਮੱਥੇ ਵਾਲੀ ਹੱਡੀ ਕੱਢ ਕੇ ਆ ਪੇਟ 'ਚ ਰੱਖਤੀ ਸੀਗੀ ਜੀ, ਅਤੇ 1-1.5 ਸਾਲ ਬਾਅਦ ਓਪਰੇਸ਼ਨ ਹੋਣਾ ਸੀਗਾ ਦੁਬਾਰੇ। ਹੱਡੀ ਕੱਢ ਕੇ ਸਿਰ 'ਚ ਪਾਣੀ ਅਤੇ ਹੱਡੀ ਉਹਨਾਂ ਨੇ ਪਾਈ ਨਹੀਂ ਕਿਉਂਕਿ ਟੁੱਟੀ ਵੀ ਜਾਂਦੀ ਸੀ, ਉਹ ਜੁੜੀ ਨਹੀਂ ਹੈਗੀ ਜੀ। ਅਤੇ ਹੁਣ ਮੱਥੇ ਦੀ ਮੇਰੀ ਸਰਜਰੀ ਹੋਈ ਹੈ ਜੀ। ਅਤੇ ਮੱਥੇ ਦੀ ਤੁਹਾਡੀ ਸਰਜਰੀ ਹੋਈ ਹੈ ਅਤੇ ਹੁਣ ਤੁਹਾਨੂੰ ਹੋਰ ਇਸ ਤੋਂ ਇਲਾਵਾ ਕੋਈ ਤਕਲੀਫ, ਜਿੱਦਾਂ ਨਿਗਾਹ ਤਾਂ ਤੁਹਾਡੀ ਇਸ ਐਕਸੀਡੈਂਟ ਦੇ ਵਿੱਚ ਚਲੀ ਗਈ, ਕੋਈ ਹੋਰ ਸਰੀਰਕ ਤੌਰ 'ਤੇ ਕੋਈ ਹੋਰ ਕੋਈ ਤਕਲੀਫ ਤੁਹਾਨੂੰ? ਨਹੀਂ ਸਰ, ਸਰੀਰਕ ਤੌਰ 'ਤੇ ਹੋਰ ਤਾਂ ਕੋਈ ਤਕਲੀਫ ਨਹੀਂ, ਪਰ ਆਈ ਸਾਈਡ ਨਹੀਂ ਰਹੀ। ਸੋ ਦਰਸ਼ਕੋ, ਮੈਂ ਇੱਥੇ ਦੱਸਦਾ ਜਾਵਾਂ ਕਿ ਜਿੱਦਾਂ ਕੱਦ ਜਿਹੜਾ 6'8" ਕੱਦ ਆ ਨੌਜਵਾਨ ਦਾ, ਅਤੇ ਇੱਕ ਨਿਗਾਹ ਦੀ ਜਿਹੜੀ ਜਿੱਦਾਂ ਦੱਸਿਆ ਵੀ ਨਿਗਾਹ ਦੇ ਕਾਰਨ ਜਿਹੜੀ ਹੈ ਸਾਰੀ ਜਿਹੜੀ ਘਾਟ ਹੋਈ ਹੈ। ਅਤੇ ਜਦੋਂ ਇਹ ਸਾਰਾ ਕੁਛ ਤੁਸੀਂ ਕਰ ਰਹੇ ਸੀਗੇ ਉਸ ਟਾਈਮ ਕਲਾਸ ਦੇ ਵਿੱਚ ਪੜ੍ਹਦੇ ਸੀ ਜਦੋਂ ਇਹ ਐਕਸੀਡੈਂਟ ਹੋਇਆ ਤੁਹਾਡਾ? ਮੈਂ 10th ਦਾ ਰਿਜ਼ਲਟ ਆਇਆ ਸੀਗਾ ਜੀ ਮੇਰਾ ਉਦੋਂ,
10th ਰਿਜ਼ਲਟ ਆ ਕੇ ਅਤੇ ਮੈਂ 11th 'ਚ ਦਾਖਲਾ ਕਰਾਉਣਾ ਸੀਗਾ, ਉਹ ਤੋਂ ਪਹਿਲਾਂ ਹੀ ਐਕਸੀਡੈਂਟ ਹੋ ਗਿਆ ਜੀ। ਕੀ ਸੀ ਵਿੱਚ ਮਨ ਦਾ ਸੁਪਨਾ? ਮਨ ਦਾ ਸੁਪਨਾ ਇਹ ਸੀਗਾ ਜੀ ਵੀ ਡੈਡੀ ਨੂੰ ਸ਼ੁਰੂ ਤੋਂ ਦੇਖਦੇ ਆਏ ਹਾਂ ਜੀ, ਆਪਣਾ ਟਰੈਕਟਰਾਂ 'ਚ ਜੀ, ਟਰੈਕਟਰਾਂ ਨਾਲ ਕਿਰਾਇਆ ਕਰ ਕਰਕੇ ਜਾਂ ਖੇਤੀਬਾੜੀ ਕਰ ਕਰਕੇ ਜੀ, ਅਤੇ ਸ਼ੁਰੂ ਤੋਂ ਦੇਖਦੇ ਆਏ ਵੀ ਅਸੀਂ ਕੁਛ ਕਰਦੇ ਆਏ ਨੇ, ਅਤੇ ਡੈਡੀ ਨੂੰ ਮਤਲਬ ਬਿਠਾ ਕੇ ਖਿਲਾਉਣ ਦਾ ਖਿਆਲ ਸੀਗਾ ਜੀ ਮਨ 'ਚ ਵੀ, ਕੁਛ ਨਾ ਕੁਛ ਬਣ ਕੇ ਡੈਡੀ ਨੂੰ ਬਿਠਾ ਕੇ ਖਿਲਾਵਾਂਗੇ ਜੀ। ਅਤੇ ਫਿਰ ਜਿੱਦਾਂ ਹੁਣ ਦੁਬਾਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਛ ਹੋਇਆ ਅਤੇ ਜਿਹੜੇ ਤੁਹਾਡੇ ਸੁਪਨੇ ਆ, ਉਸ ਟਾਈਮ ਦੇ ਉੱਤੇ ਤੁਸੀਂ ਬਾਈ ਜੀ ਦੱਸੋ ਸਾਡੇ ਦਰਸ਼ਕਾਂ ਨੂੰ, ਉਸ ਟਾਈਮ 'ਤੇ ਜਿੱਦਾਂ ਤੁਸੀਂ ਮੋਟਰਸਾਈਕਲ ਵੀ ਚਲਾਉਂਦੇ ਸੀ, ਹੋਰ ਕਿਹੜੀ ਕਿਹੜੀ ਮਸ਼ੀਨਰੀ ਚਲਾ ਲੈਂਦੇ ਸੀ ਉਦੋਂ? ਉਦੋਂ ਉਸ ਟਾਈਮ ਤੋਂ ਮੈਂ ਚਲਾ ਮਤਲਬ ਟਰੈਕਟਰ ਤਾਂ ਮੇਰੇ ਕੋਲ ਹੈਗਾ ਸੀਗਾ ਜੀ, ਟਰੈਕਟਰ ਅਤੇ ਮੋਟਰਸਾਈਕਲ ਅਤੇ ਕਾਰ ਵੀ ਚਲਾ ਲਈ ਦੀ ਸੀਗੀ, ਅਤੇ ਮੈਂ ਜੇ ਸੀ ਬੀ ਸਿੱਖ ਗਿਆ ਸੀਗਾ ਜੀ ਹੌਲੀ ਹੌਲੀ। ਅੱਛਾ, ਹਾਂਜੀ, ਜੇ ਸੀ ਬੀ ਤਾਂ ਮਤਲਬ ਉਵੇਂ 'ਚ ਬਹੁਤ ਜ਼ਿਆਦਾ ਦਿਨ ਚਲਾਈ ਕਿਉਂਕਿ ਸਾਡੇ ਕੋਲ ਹੈ ਨਹੀਂ ਸੀ, ਪਰ ਚੱਲਾ ਸਿੱਖ ਗਿਆ ਸੀਗਾ ਮੈਂ ਚਲਾਉਣੀ ਦੇਖ ਦੇਖ ਕੇ ਜੀ। ਅਤੇ ਇੱਕ ਜਿੱਦਾਂ ਤੁਹਾਨੂੰ ਮਕੈਨੀਕਲ ਦਾ ਵੀ ਖਾਸਾ ਸ਼ੌਂਕ ਸੀਗਾ, ਅਤੇ ਉਹਦੇ ਵਿੱਚ ਕਿੱਦਾਂ? ਹਾਂਜੀ, ਉਹ ਤਾਂ ਮੈਂ ਹੁਣ ਵੀ ਕਰ ਲੈਣਾ ਜੀ, ਟਰੈਕਟਰ ਦੇ ਖੋਲ੍ਹ ਕੇ ਬੰਨਣਾ ਹੋਵੇ ਕੁਛ, ਟਰੈਕਟਰ ਨੂੰ ਖੋਲ੍ਹ ਕੇ ਬੰਨਣਾ ਹੋਵੇ, ਕੁਛ ਸਮਾਰਨਾ ਹੋਵੇ ਟਰੈਕਟਰ ਦਾ ਖੋਲ੍ਹ ਕੇ, ਉਹਦਾ ਮੈਂ ਆਪੇ ਕਰ ਲੈਣਾ ਜੀ ਸਾਰਾ, ਉਹਨੂੰ ਖੋਲ੍ਹ ਕੇ ਬੰਨ ਲੈਂਦੇ? ਹਾਂਜੀ। ਅਤੇ ਕੋਈ ਵੀ ਕੰਮ ਟਰੈਕਟਰ ਦਾ ਤੁਸੀਂ ਖੋਲ੍ਹ ਕੇ ਬੰਨ ਸਕਦੇ ਹੋ? ਹਾਂਜੀ ਹਾਂਜੀ, ਸਾਰਾ ਕੰਮ ਆਪੇ ਕਰ ਲੈਣਾ ਜੀ ਮੈਂ ਖੋਲ੍ਹ ਕੇ ਆਪੇ ਜੀ। ਬਿਲਕੁਲ, ਬੜੀ ਹਿੰਮਤ ਬਈ, ਹਿੰਮਤ ਨੂੰ ਦਾਤ ਹੈ। ਅਤੇ ਬਾਈ ਜੀ ਜਿੱਦਾਂ ਇਹ ਜਿੱਦਾਂ ਇਹਦਾ ਐਕਸੀਡੈਂਟ ਜਦੋਂ ਹੋਇਆ ਤੁਹਾਡੇ ਕੋਲ ਆ ਰਿਹਾ ਸੀ ਉਦੋਂ? ਹਾਂਜੀ ਹਾਂਜੀ, ਸਾਡੇ ਕੋਲ ਆ ਰਿਹਾ ਸੀ, ਅਸੀਂ ਕੰਮ ਲਾਇਆ ਤਾਂ ਜਿੱਥੇ ਦੋ ਟਰੈਕਟਰ ਸੀ ਮੇਰੇ ਕੋਲ ਜੀ, ਦੋ ਟਰੈਕਟਰ ਸੀ ਮੇਰੇ ਕੋਲ ਉਸ ਟਾਈਮ, ਅਸੀਂ ਕੰਮ ਕਰ ਰਹੇ ਤੇ ਮੇਰੇ ਕੋਲ ਜਾ ਰਿਹਾ ਤਾ, ਦਸਵੀਂ ਦੋ ਪੇਪਰਾਂ 'ਚ ਰਹਿਗਾ ਤਾ ਇਹ। ਅੱਛਾ, ਹਾਂਜੀ, ਉਹਦੇ ਦਾਖਲਾ ਭਰ ਕੇ ਆਇਆ ਤਾ ਦੁਬਾਰੇ ਉਸੇ ਦਿਨ ਐਕਸੀਡੈਂਟ ਹੋ ਗਿਆ ਤਾ। ਉਸੇ ਦਿਨ ਐਕਸੀਡੈਂਟ? ਤੁਹਾਨੂੰ ਜਦੋਂ ਪਤਾ ਲੱਗਿਆ ਤੁਸੀਂ ਕਿੱਥੇ ਸੀ ਉਦੋਂ? ਉਦੋਂ ਅਸੀਂ ਕੰਮ 'ਤੇ ਜੀ, ਆਪਣੇ ਟਰੈਕਟਰ ਕੋਲ 'ਤੇ ਜੀ। ਹਾਂਜੀ, ਫਿਰ ਸਾਡੇ ਕੋਲ ਫੋਨ ਗਿਆ, ਭੱਜੇ ਭੱਜੇ ਗਏ, ਐਵੇਂ ਵੀ ਐਵੇਂ ਤਾਂ ਐਵੇਂ ਗੱਲ ਹੋ ਗਈ, ਐਕਸੀਡੈਂਟ ਹੋ ਗਿਆ। ਫਿਰ ਜਾ ਕੇ ਹਸਪਤਾਲ 'ਚ ਜਾ ਕੇ ਦੇਖਿਆ ਜੀ, ਮੁੰਡਾ ਹੱਥ ਮਾਰੇ ਮਾਰ ਰਿਹਾ ਤਾ, ਬਸ ਹੋਰ ਕੁਛ ਨਹੀਂ ਕਰਦਾ ਤਾ, ਕਿਤੇ ਘਰੀਟ ਨਹੀਂ ਦੀ, ਕਦੇ ਕਿਤੇ ਕੁਛ ਨਹੀਂ ਦੀ, ਕੱਲ੍ਹ ਮੱਥੇ ਮੱਥੇ ਦੀ ਹੱਡੀ ਟੁੱਟ ਗਈ ਹੈ ਜੀ। ਫਿਰ ਦੂਜੇ ਦਿਨ ਜਾ ਕੇ ਐਕਸੀਡੈਂਟ ਕਰਾਇਆ ਦਾਖਲਾ। ਹਾਂਜੀ, ਅਤੇ ਬਾਈ ਜੀ ਹੁਣ ਜਿੱਦਾਂ ਕੀ ਲੱਗਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜ੍ਹਾਏ ਆ, ਅਤੇ ਹੁਣ ਜਿੱਦਾਂ ਨਿਗਾਹ ਚਲੀ ਗਈ, ਇਸ ਤੋਂ ਬਾਅਦ ਜਿੱਦਾਂ ਫੋਨ ਵਗੈਰਾ ਵੀ ਤੁਸੀਂ ਓਪਰੇਟ ਕਰਦੇ ਹੋ, ਅਤੇ ਇਹ ਸਾਰਾ ਕੁਛ ਫਿਰ ਕਿੱਦਾਂ ਕਿਵੇਂ ਸਿੱਖਿਆ ਸਾਰਾ? ਇਹ ਮੈਂ ਇੱਥੋਂ ਆਉਣ ਤੋਂ ਬਾਅਦ ਜੀ ਮੇਰਾ ਹੌਂਸਲਾ ਬਹੁਤ ਬਹੁਤ ਜ਼ਿਆਦਾ ਅੱਪ ਹੋਇਆ ਜੀ, ਕਿਉਂਕਿ ਹੋਰਾਂ ਨੂੰ ਦੇਖ ਦੇਖ ਕੇ ਮਨ 'ਚ ਚਾਹ ਆਉਂਦੀ ਸੀ ਵੀ ਅਸੀਂ ਆਪਾਂ ਵੀ ਕੁਛ ਕਰ ਸਕਦੇ ਹਾਂ ਜੀ, ਜੇ ਇਹ ਸਾਰੇ ਕਰ ਸਕਦੇ ਨੇ ਆਪਾਂ ਵੀ ਕਰ ਸਕਦੇ ਹਾਂ, ਅਤੇ ਉਹ ਤੋਂ ਬਾਅਦ ਮੈਂ ਤਾਂ ਹੀ ਫੋਨ ਲੈ ਕੇ ਆਇਆ ਸੀਗਾ ਜੀ, ਅਤੇ ਹੌਲੀ ਹੌਲੀ ਫੋਨ ਚਲਾਉਣਾ ਸਿੱਖ ਗਏ। ਬਿਲਕੁਲ, ਓਕੇ। ਸੋ ਦਰਸ਼ਕੋ, ਇੱਥੇ ਮੈਂ ਦੱਸਦਾ ਜਾਵਾਂ ਕਿ ਨੌਜਵਾਨ ਇਸ ਟਾਈਮ ਸਾਡੇ ਕੋਲ ਲੁਧਿਆਣੇ ਰਹਿ ਰਿਹਾ, ਭਾਰਤ ਨੇਤਰੀ ਸੇਵਕ ਸਮਾਜ ਗਿਲਡ ਰੋਡ ਲੁਧਿਆਣਾ ਦੇ ਉੱਤੇ, ਅਤੇ ਇੱਥੇ ਇਹ ਆਪਣੀ ਅਗਲੀ ਪੜ੍ਹਾਈ ਵੀ ਜਿਹੜੀ ਇੱਥੋਂ ਕਰੇਗਾ, ਪੜ੍ਹਾਈ ਕਰਨ ਤੋਂ ਬਾਅਦ ਹੋਰ ਕੋਈ ਕਿੱਤਾ ਮੁਖੀ ਕੋਈ ਇਸ ਤਰ੍ਹਾਂ ਦਾ ਕੁਛ ਇਹਨੂੰ ਹੋਰ ਵੀ ਕੰਮ ਸਿਖਾਵਾਂਗੇ ਜਿਹਦੇ ਨਾਲ ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ। ਅਤੇ ਕੀ ਆ ਮਨ ਦੇ ਵਿੱਚ ਹੁਣ, ਕੀ ਆ ਅੱਗੇ ਵੱਧ ਕੇ ਵੀ ਕੀ ਸੋਚਿਆ ਹੁਣ ਵੀ, ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ, ਕਈ ਵਾਰੀ ਐਂ ਲੱਗਦਾ ਵੀ ਜ਼ਿੰਦਗੀ ਰੁਕ ਜੀ ਜਾਂਦੀ ਆ, ਪਰ ਫਿਰ ਵੀ ਤੁਹਾਨੂੰ ਹਿੰਮਤ ਆ, ਤੁਸੀਂ ਹਿੰਮਤੀ ਹੋ ਜਿਹੜੇ ਤੁਸੀਂ ਫਿਰ ਦੁਬਾਰਾ ਜ਼ਿੰਦਗੀ ਨੂੰ ਫਿਰ ਲੀਹ 'ਤੇ ਲੈ ਕੇ ਆਇਓ। ਹੁਣ ਕੀ ਟਾਰਗੇਟ ਨੇ ਅਗਲੇ? ਹੁਣ ਟਾਰਗੇਟ ਮੇਰੇ ਆਹੀ ਨੇ ਜੀ, ਪੜ੍ਹਾਈ ਕਰਕੇ ਕਿਤੇ ਵਧੀਆ ਜੋਬ 'ਤੇ ਲੱਗਣਾ ਜੀ, ਕਿਤੇ ਨਾ ਕਿਤੇ ਵਧੀਆ ਜੋਬ 'ਤੇ ਲੱਗਣਾ, ਕਿਉਂਕਿ ਜੋ ਪਿੱਛੇ ਹੋ ਗਏ ਉਹ ਤਾਂ ਪਾਸਟ ਚਲੇ ਗਏ, ਕਿਉਂਕਿ ਉਹ ਤਾਂ ਪਾਸਟ ਚਲੇ ਗਏ, ਉਹਨੂੰ ਆਪਾਂ ਵਾਪਸ ਨਹੀਂ ਕਰ ਸਕਦੇ, ਮੋੜ ਨਹੀਂ ਸਕਦੇ, ਨਾ ਠੀਕ ਕਰ ਸਕਦੇ ਹਾਂ ਉਹਨੂੰ, ਤਾਂ ਆਪਣੀ ਮਿਹਨਤ ਨਾਲ ਆਪਾਂ ਆਪਣਾ ਫਿਊਚਰ ਸਵਾਰ ਸਕਦੇ ਹਾਂ ਜੀ। ਬਿਲਕੁਲ। ਸੋ ਜਿਹੜੇ ਪੁਰਾਣੇ ਦੋਸਤ ਮਿੱਤਰ ਨੇ ਜਿਹੜੇ ਉਸ ਟਾਈਮ ਦੇ, ਉਹ ਮਿਲਦੇ ਨੇ ਹੁਣ ਵੀ ਕਦੇ? ਹਾਂਜੀ ਸਰ ਜੀ, ਜਿਵੇਂ ਆਉਂਦੇ ਸੀਗੇ ਜੀ ਘਰੇ, ਫਰੈਂਡਸ ਆਉਂਦੇ ਸੀਗੇ ਅਤੇ ਨਾਲ ਲੈ ਕੇ ਵੀ ਜਾਂਦੇ ਸੀਗੇ ਜਿੱਥੇ ਜਾਂਦੇ ਸੀ ਘੁੰਮਣ, ਪਰ ਹੁਣ ਜ਼ਿਆਦਾਤਰ ਲਗਭਗ ਬਾਹਰੇ ਚਲੇ ਗਏ ਜੀ, ਕੁਛ ਆਪਣੇ ਕੰਮਾਂ ਲੱਗ ਗਏ, ਬਾਕੀ ਪਰ ਆਉਂਦੇ ਹੋਏ ਨੇ ਮੇਰੇ ਕੋਲ, ਹੁਣ ਵੀ ਆਉਂਦੇ ਨੇ ਜੀ, ਹੁਣ ਵੀ ਆ। ਹਾਂਜੀ, ਸੋ ਬਿਲਕੁਲ, ਸੋ ਬੜੀ ਹਿੰਮਤ ਹੈ ਅਤੇ
ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਤਾਂਘ ਹੈ। ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਤੁਸੀਂ ਵੀ ਅਰਦਾਸ ਕਰਿਓ ਕਿ ਨੌਜਵਾਨ ਜਿਹੜਾ ਤਰੱਕੀਆਂ ਵੱਲ ਵਧੇ ਅਤੇ ਜ਼ਿੰਦਗੀ। ਕਈ ਵਾਰੀ ਅਸੀਂ ਸੋਚਦੇ ਹਾਂ, ਕਈ ਵਾਰੀ ਕਿ ਕੋਈ ਰੁਜ਼ਗਾਰ ਨਹੀਂ ਮਿਲਦਾ ਜਾਂ ਕੋਈ ਹੋਰ ਕਾਰਨਾਂ ਕਰਕੇ ਅੱਜ ਦੀ ਨੌਜਵਾਨੀ ਜਿਹੜੀ ਨਸ਼ਿਆਂ ਵੱਲ ਨੂੰ ਤੁਰ ਪੈਂਦੀ ਹੈ, ਪਰ ਨਿਰਾਸ਼ ਹੋ ਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਵੇਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਪੈਂਦੇ ਨੇ, ਉਹ ਘੱਟੋ ਘੱਟ ਐਸੇ ਨੌਜਵਾਨਾਂ ਤੋਂ ਜ਼ਰੂਰ ਸੇਧ ਲੈਣ ਕਿ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਐਕਸੀਡੈਂਟ ਹੋਣ ਦੇ ਬਾਵਜੂਦ ਨਿਗਾਹ ਵੀ ਚਲੀ ਗਈ ਹੈ, ਫਿਰ ਵੀ ਦੁਬਾਰਾ ਉੱਠ ਕੇ ਜ਼ਿੰਦਗੀ ਨੂੰ ਦੁਬਾਰਾ ਟਰੈਕ ਦੇ ਉੱਤੇ ਦੌੜਾਉਣਾ ਕੋਈ ਸੌਖੀ ਗੱਲ ਨਹੀਂ ਹੈ। ਐਸੇ ਲੋਕਾਂ ਤੋਂ ਸਾਨੂੰ ਹੌਸਲਾ ਲੈਣਾ ਚਾਹੀਦਾ, ਔਰ ਹਮੇਸ਼ਾ ਕਿਤੇ ਵੀ ਤੁਹਾਨੂੰ ਕੋਈ ਨੇਤਰਹੀਣ ਕੋਈ ਅੰਗਹੀਣ ਵਿਅਕਤੀ ਕੋਈ ਮਿਲਦਾ ਤਾਂ ਉਹਦੀ ਸਾਨੂੰ ਜਥਾ ਸਹਿਤ ਜਿਹੜੀ ਉਹਦੀ ਮਦਦ ਜਿਹੜੀ ਕਰਨੀ ਚਾਹੀਦੀ ਹੈ, ਉਹਨੂੰ ਹੌਸਲਾ ਦੇਣਾ ਚਾਹੀਦਾ, ਉਹਨੂੰ ਡੀਮੋਰਲਾਈਜ਼ ਨਹੀਂ ਕਰਨਾ ਚਾਹੀਦਾ, ਉਹਨੂੰ ਦੇਖ ਕੇ ਉਹਨੂੰ ਕਹੋ ਵੀ ਕੋਈ ਗੱਲ ਨਹੀਂ ਤੂੰ ਤੰਦਰੁਸਤ ਹੈ ਠੀਕ ਹੈ, ਉਹਨੂੰ ਹੌਸਲਾ ਦਿਓ ਅਤੇ ਤਾਂ ਕਿ ਉਹਦਾ ਹੌਸਲਾ ਅੱਗੇ ਵਧੇ। ਸੋ ਅੱਜ ਇੰਨਾ ਹੀ, ਕੱਲ੍ਹ ਨੂੰ ਕਿਸੇ ਹੋਰ ਖਾਸ